ਇਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ। ਮੈਂ ਸਮਝਦਾ ਕਿ ਸਰਕਾਰ ਦੀ ਬਹੁਤ ਵੱਡੀ ਕੋਈ ਸੋਚੀ ਸਮਝੀ ਸਾਜਿਸ਼ ਹੈ ਕਿ ਇਹਨਾਂ ਨੂੰ ਘਰੋਂ ਬੇਕਾਰ ਕਰਨ ਦੀ, ਪਰ ਲੋਕਾਂ ਦੇ ਉੱਤੇ ਪ੍ਰੈਸ਼ਰਾਈਜ਼ ਕਰਨ ਦੀ ਹੈ ਲੋਕਾਂ ਨੂੰ। ਔਰ ਮਜ਼ੇ ਦੀ ਗੱਲ ਕਿ ਜਿਹੜਾ ਲੋਕਲ ਵਿਧਾਇਕ ਉੱਥੇ ਜਿਹਦੀ ਜ਼ਿੰਮੇਵਾਰੀ ਬੰਦੀ ਸੀ ਕਿ ਮੈਂ ਸਰਕਾਰਾਂ ਨੂੰ ਇਹ ਕੰਮ ਕਰਾ ਕੇ ਦੇਵਾਂ, ਮੇਰੇ ਇਲਾਕੇ ਦੇ ਲੋਕ ਇਸ ਗੱਲ ਦੀ ਮੁਸ਼ਕਿਲਾਂ 'ਚ ਨਾ ਆਉਣ, ਮਗਰ ਅੱਜ ਬਿਲਕੁਲ ਉਹ ਸੁੱਤੇ ਪਏ ਹੈ, ਕੋਈ ਉਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਰਿੰਗੀ ਜਾ ਰਹੀ। ਪਰ ਇਹ ਇੱਕ ਮਹੀਨੇ ਤੋਂ ਉੱਤੇ ਲਾਈਟ ਉੱਥੇ ਕੱਟੀ ਜਾ ਰਹੀ ਹੈ। ਸਾਡੇ ਨਾਲ ਜਿਹੜੀਆਂ ਉੱਥੇ ਦੀਆਂ ਬੀਬੀਆਂ ਬੈਠੀਆਂ ਨੇ ਉਹ ਵੀ ਆਈਆਂ ਨੇ ਪਰਿਵਾਰ 'ਚੋਂ, ਔਰ ਉਹਨਾਂ ਦੇ ਬਾਰੇ ਤੁਹਾਨੂੰ ਹੁਣੇ ਲੁਬਾਣਾ ਜੀ ਵੀ ਸਾਰੀ ਗੱਲ ਦੱਸਣਗੇ ਕਿ ਜਿਹੜੀਆਂ ਜਿਸ ਜਿਸ ਮੁਸ਼ਕਿਲਾਂ ਦੇ ਉੱਤੇ ਆਏ ਹੈ। 2500 ਰੁਪਏ ਦੀ ਜਿਹੜੀ ਵਿਧਵਾ ਪੈਨਸ਼ਨ ਕਾਂਗਰਸ ਸਰਕਾਰ ਵੱਲੋਂ ਪਹਿਲੇ ਲਗਾਈ ਜਾਂਦੀ ਸੀ, ਉਹਨੂੰ ਬੰਦ ਕਰਤਾ ਗਿਆ ਕਈ ਜਗ੍ਹਾਵਾਂ ਦੇ ਉੱਤੇ, ਕਈ ਪਰਿਵਾਰਾਂ ਨੂੰ ਉਹ ਵੀ ਦੇਣੀਆਂ ਬੰਦ ਕਰ ਦਿੱਤੀਆਂ ਗਈਆਂ। ਜਿਹੜਾ ਉਹਨਾਂ ਨੂੰ ਸਰਵਿਸਿਜ਼ ਦੇਣ ਦੀ ਗੱਲ ਕੀਤੀ ਸੀ, ਔਰ ਹਾਈ ਕੋਰਟ ਤੋਂ 2019 ਤੋਂ ਕੇਸ ਜਿੱਤੇ ਹੋਏ ਨੇ ਜਿਹੜੀਆਂ ਨੌਕਰੀਆਂ ਲਗਾਉਣ ਦੀ ਸਰਕਾਰੀ, ਅੱਜ ਇੱਕ ਵੀ ਬੰਦੇ ਨੂੰ ਹਾਲੇ ਤੱਕ ਨੌਕਰੀ ਨਹੀਂ ਲਗਾਈ ਗਈ।